ਸੰਗਰੂਰ ਪੁਲਿਸ ਨੇ ਧੂਰੀ ਦੇ ਵਿੱਚ ਹੋਏ ਅੰਨੇ ਕਤਲ ਦੀ ਅੱਜ ਗੁੱਥੀ ਨੂੰ ਸੁਲਝਾਇਆ ਹੈ। ਦਰਅਸਲ ਫੈਕਟਰੀ ਵਿੱਚ ਚੋਰੀ ਕਰਨ ਦੇ ਇਰਾਦੇ ਦੇ ਨਾਲ ਆਏ ਚੋਰਾਂ ਦੇ ਵੱਲੋਂ ਚੌਂਕੀਦਾਰ ਦਾ ਕਤਲ ਕੀਤਾ ਗਿਆ ਸੀ। ਪੁਲਿਸ ਨੇ 48 ਘੰਟਿਆਂ ਵਿੱਚ ਹੀ ਕਤਲ ਦੀ ਇਸ ਵਾਰਦਾਤ ਨੂੰ ਸੁਲਝਾ ਲਿਆ ਹੈ ਅਤੇ ਕਤਲ ਦੇ ਦੌਰਾਨ ਵਰਤੀ ਗਈ ਕੁਹਾੜੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਸਾਰੇ ਮਾਮਲੇ ਸੰਬੰਧੀ SSP ਸੰਗਰੂਰ ਸਤਿੰਦਰ ਸਿੰਘ ਚਾਹਲ ਨੇ ਅੱਜ ਹੋਰ ਜਾਣਕਾਰੀ ਦਿੱਤੀ। 26 ਅਤੇ 27 ਜੂਨ ਦੀ ਦਰਮਿਆਨੀ ਰਾਤ ਨੂੰ ਇੱਕ ਫੈਕਟਰੀ ਧੂਰੀ ਦੇ ਵਿੱਚ ਜੋ ਸਥਿਤ ਹੈ ਉੱਥੇ ਦੋ ਅਕਿਊਜ਼ ਨੇ ਐਂਟਰ ਕੀਤਾ। ਉੱਥੇ ਜੋ ਚੌਂਕੀਦਾਰ ਸੀ ਉੱਥੇ ਉਹ ਗੁੱਥਮ ਗੁੱਥਮ ਹੋਏ ਅਤੇ ਉਹਨਾਂ ਨੇ ਚੌਂਕੀਦਾਰ ਜਿਹੜੇ ਸੀਗੇ ਉਹਨਾਂ 'ਤੇ ਅਟੈਕ ਕੀਤਾ। ਸਵੇਰੇ ਜਦੋਂ ਇਨਫੋਰਮੇਸ਼ਨ ਮਿਲੀ ਤਾਂ ਪਤਾ ਚੱਲਿਆ ਕਿ ਚੌਂਕੀਦਾਰ ਸਾਹਿਬ ਬੜੇ ਜ਼ਖਮੀ ਸੀ, ਜਿਹਨਾਂ ਦਾ ਨਾਮ ਸੀ ਗੁਰਜੰਟ ਸਿੰਘ, ਅਤੇ ਉਹਨਾਂ ਦੇ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਮੌਤ ਹੋ ਗਈ। ਤੁਰੰਤ ਸੰਗਰੂਰ ਪੁਲਿਸ ਨੇ ਸਦਰ ਧੂਰੀ ਪੁਲਿਸ ਸਟੇਸ਼ਨ ਵਿੱਚ FIR ਦਰਜ ਕਰ ਲਈ 98 ਨੰਬਰ, ਜੇਰ ਤਾਰਾ ਸੈਕਸ਼ਨ 302 ਅਤੇ 34 IPC। ਉਸ ਦੇ ਤਹਿਤ ਵੱਖੋ ਵੱਖ ਟੀਮਾਂ ਬਣਾ ਕੇ ਬੜੀ ਮੁਸਤੈਦੀ ਨਾਲ ਕੰਮ ਕਰਿਆ ਗਿਆ ਅਤੇ 48 ਘੰਟੇ ਦੇ ਅੰਦਰ ਅੰਦਰ ਇਹ ਗੁੱਥੀ ਸੁਲਝਾ ਲਈ ਗਈ। ਦੋਵੇਂ ਅਕਿਊਜ਼ ਆਈਡੈਂਟੀਫਾਈ ਹੋ ਕੇ ਅਰੈਸਟ ਕਰ ਲਏ ਗਏ ਅਤੇ ਉਹਨਾਂ ਤੋਂ ਵੈਪਨ ਆਫ ਓਫੈਂਸ ਅਤੇ ਜਿਹੜੇ 2-wheeler ਸੀਗੇ, 3 2-wheeler, ਉਹ ਵੀ ਰਿਕਵਰ ਕਰ ਲਏ ਗਏ। ਇਸ ਦੇ ਨਾਲ ਹੀ ਇਹ ਵੱਡੀ ਸਫਲਤਾ ਨਾਲ ਇਹ ਬੜਾ ਇੰਪੋਰਟੈਂਟ ਕੇਸ ਕਰੈਕ ਕਰ ਲਿਆ ਗਿਆ ਅਤੇ ਹੁਣ ਅਸੀਂ ਰਿਮਾਂਡ ਲੈ ਕੇ ਅਕਿਊਜ਼ ਦੀ ਅੱਗੇ ਤਫਤੀਸ਼ ਵਿੱਚ ਦੇਖਾਂਗੇ ਕਿ ਕਿਸ ਦਾ ਕੀ ਰੋਲ ਸੀ। ਜਿਹੜੇ ਦੋ ਅਕਿਊਜ਼ ਹੈਗੇ, ਇੱਕ ਹੈ ਗੁਰਵਿੰਦਰ ਪਾਲ ਉਰਫ ਗਿੰਦਾ ਅਤੇ ਦੂਸਰਾ ਹੈ ਹਰਵਿੰਦਰ ਪਾਲ ਉਰਫ ਗਿਫਟੀ। ਇਹਨਾਂ 'ਤੇ ਪਹਿਲਾਂ ਵੀ ਮੁਕੱਦਮੇ ਨੇ ਅਤੇ ਇਹਨਾਂ ਨੂੰ, ਇਹ ਦੋਵੇਂ ਰਹਿਣ ਵਾਲੇ ਹੈਗੇ ਪਿੰਡ ਸ਼ੇਰਪੁਰ ਸੋਡੀਆਂ ਦੇ। ਇਹ ਚੋਰੀ ਕਰਨ ਗਏ ਸੀ ਉੱਥੇ ਅਤੇ ਉਸ ਦੇ ਵਿੱਚ ਹੀ ਜਦੋਂ ਉਹਨਾਂ ਨੇ ਵਿਰੋਧ ਕੀਤਾ ਜਿਹੜੇ ਉੱਥੇ ਜੋ ਡਿਸੀਜ਼ ਸੀਗੇ, ਤਦ ਇਹਨਾਂ ਦੇ ਵਿੱਚ ਇਹ ਲੜਾਈ ਹੋ ਗਈ ਉੱਥੇ। ਜੀ, ਜੋ ਗੁਰਵਿੰਦਰ ਉਰਫ ਗਿੰਦਾ ਹੈ ਉਸ 'ਤੇ 3 ਮੁਕੱਦਮੇ ਹੈ ਅਤੇ ਜਿਹੜਾ ਹਰਵਿੰਦਰ ਪਾਲ ਉਰਫ ਪ੍ਰਿੰਸ ਹੈ ਉਸ 'ਤੇ 1 ਮੁਕੱਦਮਾ ਪਹਿਲਾਂ। ਸੰਗਰੂਰ ਤੋਂ ਮਨੋਜ ਮਹਿਤਾ ਦੀ ਰਿਪੋਰਟ, ਪੰਜਾਬ ਟੂਡੇ।